ਹਰਜੀਆਂ ਦੇ ਗਗਨ ਚਾਹੁੰਦੇ ਰੋਸ ਪ੍ਰਦਰਸ਼ਨ ਕਰ ਰਹੇ ਇਹਦੇ ਬਾਰੇ ਜਾਣਕਾਰੀ ਧੱਕਾ ਕੀਤਾ ਜਾ ਰਿਹਾ ਜੀ ਪਿੰਡ ਵਿੱਚੋਂ ਨਾਮਜ਼ਦਗੀ ਫਾਰਮ ਭਰੇ ਗਏ ਆ ਸਾਰੀ ਪਾਰਟੀ ਪਿੰਡਾਂ ਦੇ ਜੀ ਵਰਕਰਾਂ ਦੇ ਜਿਨ੍ਹਾਂ ਨੇ ਵੀ ਉਹ ਕੀਤਾ ਸਿਰਫ ਇੱਕ ਹੈ ਜਿਹੜਾ ਵਰਕਰ ਇਹਨਾਂ ਦੇ ਕੋਠੀ 2 ਮਹੀਨੇ ਪਹਿਲਾਂ ਜੁਆਇਨ ਹੋਇਆ ਪਹਿਲਾਂ ਕਾਂਗਰਸ ਤੋਂ ਸੀਗਾ ਜੀ ਉਹ ਸਿਰਫ ਉਹਦੇ ਇੱਕ ਪੇਪਰ ਪਾਸ ਕੀਤੇ ਗਏ ਬਾਕੀ ਸਾਰੇ ਪਿੰਡ ਦੇ ਓਬਜੈਕਸ਼ਨ ਲਾ ਕੇ ਕੈਂਸਲ ਕੀਤੇ ਗਏ ਜਦਕਿ ਕੋਈ ਇਹਨਾਂ ਵਿੱਚ ਓਬਜੈਕਸ਼ਨ ਨਹੀਂ ਕੋਈ ਕੁਛ ਨਹੀਂ ਸਾਰੇ ਫਾਈਲਾਂ ਕਲੀਅਰ ਸੀਗੀਆਂ ਧੱਕੇਸ਼ਾਹੀ ਕਰ ਕਿਹੜੇ ਕਿਹੜੇ ਪਿੰਡ ਦੇ ਕਰੇ ਆ ਸਰ ਪਿੰਡ ਸੋਨਗਲਾ ਦੇ ਨਿਲਾਸ ਦੇ ਜੀ ਨਿਲਾਸਪੁਰ ਦਾ ਤੇ ਕੁਛ ਬੰਦੇ ਸੀਗੇ ਦਿਵਾਲੀ ਤੋਂ ਵੀ ਪਤਾ ਲੱਗਿਆ ਤੇ ਗੁਰਨਾ ਖੇੜੀ ਵਗੈਰਾ ਕਈ ਪਿੰਡ ਹੈ ਜੀ ਬਹੁਤ ਅਜਿਹੇ ਪਿੰਡ ਹੈ ਜਿਨ੍ਹਾਂ ਵਿੱਚ ਧੱਕੇਸ਼ਾਹੀ ਕੀਤੀ ਗਈ ਹਰਜੀਆਂ ਦੇ ਗਗਨ ਚਾਹੁੰਦੇ ਰੋਸ ਪ੍ਰਦਰਸ਼ਨ ਕਰ ਰਹੇ ਇਹਦੇ ਬਾਰੇ ਜਾਣਕਾਰੀ ਧੱਕਾ ਕੀਤਾ ਜਾ ਰਿਹਾ ਜੀ ਪਿੰਡ ਵਿੱਚੋਂ ਨਾਮਜ਼ਦਗੀ ਫਾਰਮ ਭਰੇ ਗਏ ਆ ਸਾਰੀ ਪਾਰਟੀ ਪਿੰਡਾਂ ਦੇ ਜੀ ਵਰਕਰਾਂ ਦੇ ਜਿਨ੍ਹਾਂ ਨੇ ਵੀ ਉਹ ਕੀਤਾ ਸਿਰਫ ਇੱਕ ਹੈ ਜਿਹੜਾ ਵਰਕਰ ਇਹਨਾਂ ਦੇ ਕੋਠੀ 2 ਮਹੀਨੇ ਪਹਿਲਾਂ ਜੁਆਇਨ ਹੋਇਆ ਪਹਿਲਾਂ ਕਾਂਗਰਸ ਤੋਂ ਸੀਗਾ ਜੀ ਉਹ ਸਿਰਫ ਉਹਦੇ ਇੱਕ ਪੇਪਰ ਪਾਸ ਕੀਤੇ ਗਏ ਬਾਕੀ ਸਾਰੇ ਪਿੰਡ ਦੇ ਓਬਜੈਕਸ਼ਨ ਲਾ ਕੇ ਕੈਂਸਲ ਕੀਤੇ ਗਏ ਜਦਕਿ ਕੋਈ ਇਹਨਾਂ ਵਿੱਚ ਓਬਜੈਕਸ਼ਨ ਨਹੀਂ ਕੋਈ ਕੁਛ ਨਹੀਂ ਸਾਰੇ ਫਾਈਲਾਂ ਕਲੀਅਰ ਸੀਗੀਆਂ ਧੱਕੇਸ਼ਾਹੀ ਕਰ ਕਿਹੜੇ ਕਿਹੜੇ ਪਿੰਡ ਦੇ ਕਰੇ ਆ ਸਰ ਪਿੰਡ ਸੋਨਗਲਾ ਦੇ ਨਿਲਾਸ ਦੇ ਜੀ ਨਿਲਾਸਪੁਰ ਦਾ ਤੇ ਕੁਛ ਬੰਦੇ ਸੀਗੇ ਦਿਵਾਲੀ ਤੋਂ ਵੀ ਪਤਾ ਲੱਗਿਆ ਤੇ ਗੁਰਨਾ ਖੇੜੀ ਵਗੈਰਾ ਕਈ ਪਿੰਡ ਹੈ ਜੀ ਬਹੁਤ ਅਜਿਹੇ ਪਿੰਡ ਹੈ ਜਿਨ੍ਹਾਂ ਵਿੱਚ ਧੱਕੇਸ਼ਾਹੀ ਕੀਤੀ ਗਈ ਹਰਜੀਆਂ ਦੇ ਗਗਨ ਚਾਹੁੰਦੇ ਰੋਸ ਪ੍ਰਦਰਸ਼ਨ ਕਰ ਰਹੇ ਇਹਦੇ ਬਾਰੇ ਜਾਣਕਾਰੀ ਧੱਕਾ ਕੀਤਾ ਜਾ ਰਿਹਾ ਜੀ ਪਿੰਡ ਵਿੱਚੋਂ ਨਾਮਜ਼ਦਗੀ ਫਾਰਮ ਭਰੇ ਗਏ ਆ ਸਾਰੀ ਪਾਰਟੀ ਪਿੰਡਾਂ ਦੇ ਜੀ ਵਰਕਰਾਂ ਦੇ ਜਿਨ੍ਹਾਂ ਨੇ ਵੀ ਉਹ ਕੀਤਾ ਸਿਰਫ ਇੱਕ ਹੈ ਜਿਹੜਾ ਵਰਕਰ ਇਹਨਾਂ ਦੇ ਕੋਠੀ 2 ਮਹੀਨੇ ਪਹਿਲਾਂ ਜੁਆਇਨ ਹੋਇਆ ਪਹਿਲਾਂ ਕਾਂਗਰਸ ਤੋਂ ਸੀਗਾ ਜੀ ਉਹ ਸਿਰਫ ਉਹਦੇ ਇੱਕ ਪੇਪਰ ਪਾਸ ਕੀਤੇ ਗਏ ਬਾਕੀ ਸਾਰੇ ਪਿੰਡ ਦੇ ਓਬਜੈਕਸ਼ਨ ਲਾ ਕੇ ਕੈਂਸਲ ਕੀਤੇ ਗਏ ਜਦਕਿ ਕੋਈ ਇਹਨਾਂ ਵਿੱਚ ਓਬਜੈਕਸ਼ਨ ਨਹੀਂ ਕੋਈ ਕੁਛ ਨਹੀਂ ਸਾਰੇ ਫਾਈਲਾਂ ਕਲੀਅਰ ਸੀਗੀਆਂ ਧੱਕੇਸ਼ਾਹੀ ਕਰ ਕਿਹੜੇ ਪਿੰਡ ਦੇ ਕਰੇ ਆ ਸਰ ਪਿੰਡ ਸੋਨਗਲਾ ਦੇ ਨਿਲਾਸ ਦੇ ਜੀ ਨਿਲਾਸਪੁਰ ਦਾ ਤੇ ਕੁਛ ਬੰਦੇ ਸੀਗੇ ਦਿਵਾਲੀ ਤੋਂ ਵੀ ਪਤਾ ਲੱਗਿਆ ਤੇ ਗੁਰਨਾ ਖੇੜੀ ਵਗੈਰਾ ਕਈ ਪਿੰਡ ਹੈ ਜੀ ਬਹੁਤ ਅਜਿਹੇ ਪਿੰਡ ਹੈ ਜਿਨ੍ਹਾਂ ਵਿੱਚ ਧੱਕੇਸ਼ਾਹੀ ਕੀਤੀ ਗਈ ਜੀ ਪਿੰਡ ਹਰਜੀਆਂ ਦੇ ਗਗਨ ਚਾਹੁੰਦੇ ਰੋਸ ਪ੍ਰਦਰਸ਼ਨ ਕਰ ਰਹੇ ਇਹਦੇ ਬਾਰੇ ਜਾਣਕਾਰੀ ਧੱਕਾ ਕੀਤਾ ਜਾ ਰਿਹਾ ਜੀ ਪਿੰਡ ਵਿੱਚੋਂ ਨਾਮਜ਼ਦਗੀ ਫਾਰਮ ਭਰੇ ਗਏ ਆ ਸਾਰੀ ਪਾਰਟੀ ਪਿੰਡਾਂ ਦੇ ਜੀ ਵਰਕਰਾਂ ਦੇ ਜਿਨ੍ਹਾਂ ਨੇ ਵੀ ਉਹ ਕੀਤਾ ਸਿਰਫ ਇੱਕ ਹੈ ਜਿਹੜਾ ਵਰਕਰ ਇਹਨਾਂ ਦੇ ਕੋਠੀ 2 ਮਹੀਨੇ ਪਹਿਲਾਂ ਜੁਆਇਨ ਹੋਇਆ ਪਹਿਲਾਂ ਕਾਂਗਰਸ ਤੋਂ ਸੀਗਾ ਜੀ ਉਹ ਸਿਰਫ ਉਹਦੇ ਇੱਕ ਪੇਪਰ ਪਾਸ ਕੀਤੇ ਗਏ ਬਾਕੀ ਸਾਰੇ ਪਿੰਡ ਦੇ ਓਬਜੈਕਸ਼ਨ ਲਾ ਕੇ ਕੈਂਸਲ ਕੀਤੇ ਗਏ ਜਦਕਿ ਕੋਈ ਇਹਨਾਂ ਵਿੱਚ ਓਬਜੈਕਸ਼ਨ ਨਹੀਂ ਕੋਈ ਕੁਛ ਨਹੀਂ ਸਾਰੇ ਫਾਈਲਾਂ ਕਲੀਅਰ ਸੀਗੀਆਂ ਧੱਕੇਸ਼ਾਹੀ ਕਰ ਕਿਹੜੇ ਪਿੰਡ ਦੇ ਕਰੇ ਆ ਸਰ ਪਿੰਡ ਸੋਨਗਲਾ ਦੇ ਨਿਲਾਸ ਦੇ ਜੀ ਨਿਲਾਸਪੁਰ ਦਾ ਤੇ ਕੁਛ ਬੰਦੇ ਸੀਗੇ ਦਿਵਾਲੀ ਤੋਂ ਵੀ ਪਤਾ ਲੱਗਿਆ ਤੇ ਗੁਰਨਾ ਖੇੜੀ ਵਗੈਰਾ ਕਈ ਪਿੰਡ ਹੈ ਜੀ ਬਹੁਤ ਅਜਿਹੇ ਪਿੰਡ ਹੈ ਜਿਨ੍ਹਾਂ ਵਿੱਚ ਧੱਕੇਸ਼ਾਹੀ ਕੀਤੀ ਗਈ ਜੀ ਪਿੰਡ ਹਰਜੀਆਂ ਦੇ ਗਗਨ ਚਾਹੁੰਦੇ ਰੋਸ ਪ੍ਰਦਰਸ਼ਨ ਕਰ ਰਹੇ ਇਹਦੇ ਬਾਰੇ ਜਾਣਕਾਰੀ ਧੱਕਾ ਕੀਤਾ ਜਾ ਰਿਹਾ ਜੀ ਪਿੰਡ ਵਿੱਚੋਂ ਨਾਮਜ਼ਦਗੀ ਫਾਰਮ ਭਰੇ ਗਏ ਆ ਸਾਰੀ ਪਾਰਟੀ ਪਿੰਡਾਂ ਦੇ ਜੀ ਵਰਕਰਾਂ ਦੇ ਜਿਨ੍ਹਾਂ ਨੇ ਵੀ ਉਹ ਕੀਤਾ ਸਿਰਫ ਇੱਕ ਹੈ ਜਿਹੜਾ ਵਰਕਰ ਇਹਨਾਂ ਦੇ ਕੋਠੀ 2 ਮਹੀਨੇ ਪਹਿਲਾਂ ਜੁਆਇਨ ਹੋਇਆ ਪਹਿਲਾਂ ਕਾਂਗਰਸ ਤੋਂ ਸੀਗਾ ਜੀ ਉਹ ਸਿਰਫ ਉਹਦੇ ਇੱਕ ਪੇਪਰ ਪਾਸ ਕੀਤੇ ਗਏ ਬਾਕੀ ਸਾਰੇ ਪਿੰਡ ਦੇ ਓਬਜੈਕਸ਼ਨ ਲਾ ਕੇ ਕੈਂਸਲ ਕੀਤੇ ਗਏ ਜਦਕਿ ਕੋਈ ਇਹਨਾਂ ਵਿੱਚ ਓਬਜੈਕਸ਼ਨ ਨਹੀਂ ਕੋਈ ਕੁਛ ਨਹੀਂ ਸਾਰੇ ਫਾਈਲਾਂ ਕਲੀਅਰ ਸੀਗੀਆਂ ਧੱਕੇਸ਼ਾਹੀ ਕਰ ਕਿਹੜੇ ਪਿੰਡ ਦੇ ਕਰੇ ਆ ਸਰ ਪਿੰਡ ਸੋਨਗਲਾ ਦੇ ਨਿਲਾਸ ਦੇ ਜੀ ਨਿਲਾਸਪੁਰ ਦਾ ਤੇ ਕੁਛ ਬੰਦੇ ਸੀਗੇ ਦਿਵਾਲੀ ਤੋਂ ਵੀ ਪਤਾ ਲੱਗਿਆ ਤੇ ਗੁਰਨਾ ਖੇੜੀ ਵਗੈਰਾ ਕਈ ਪਿੰਡ ਹੈ ਜੀ ਬਹੁਤ ਅਜਿਹੇ ਪਿੰਡ ਹੈ ਜਿਨ੍ਹਾਂ ਵਿੱਚ ਧੱਕੇਸ਼ਾਹੀ ਕੀਤੀ ਗਈ।